शुक्र है रब दा कम आया। रब्बा शुक्र है तेरा काम में। और वीरे हेलो मैम, आई गॉट योर एसएमएस टुडे फॉर अ जॉब। पंजाबी बोल दो। तानू पंजाबी आंदी? पंजाबी एंड पोटैटोज आर एवरीवेयर इन द वर्ल्ड। के ਪੰਜਾਬੀ ਤੇ ਆਲੂ ਹਰ ਜਗ੍ਹਾ ਮਿਲ ਜਾਂਦੇ ਆ। ਬਾਕੀ ਗੱਲਾਂ ਛੱਡੋ, ਮੇਰਾ ਨਾਮ ਆ ਜੋਤ ਤੇ ਹੁਣ ਤੁਸੀਂ ਮੈਨੂੰ ਦੱਸੋ ਫੈਜ਼ਲ ਕੌਣ ਆ ਤੇ ਮਹਿਕ ਕੌਣ ਆ? ਮੈਂ ਫੈਜ਼ਲ ਆ। ਮੈਂ ਮਹਿਕ। ਓ ਯਾਰ ਇਹ ਤਾਂ ਪਾਕਿਸਤਾਨੀ ਹੈ। ਅੱਛਾ ਇਹ ਤੇਰੀ ਨੇ। हाय रब्बा, आ नमूने किधर रख ले? तो कागा दे ली मारिया तू? मैं डिलीवरी नहीं चुकनी। तो मैं इत्थे अंब लैण आया, मैं भी डिलीवरी करन आए हां। क्यों लड़ी जान दे आ? दो डिलीवरीयां, एक तू ले जा ते एक तू ले जा। ए चावल नहीं ना बदला लीता ही धक्के दा, कोई गल नहीं। चवल दा ते मक्कू मैं ठप्पांगा, ये भी याद रखेगा सारी जिंदगी। ऐ काम लौट नहीं आना महक सिया, ऐ चुडू जे दा कोई जुगाड़ लावना पैना। ਔਰਾ ਆ ਕੇ ਕੂੜਾ ਸੁੱਟ ਦਿਓ। ਜਾਓ ਵਾਜ਼ਾ ਮਾਰੀ ਜਾਂਦੀ ਪਈ, ਚੱਕ ਕੇ ਜਾ ਕੇ ਕੂੜਾ ਸੱਟਾ ਬੜੀ, ਤੈਨੂੰ ਕੱਲ ਹੀ ਡਿਲੀਵਰੀ ਕਰਾਂ ਦੀ। ਇੰਜ ਦੇ ਕੰਮ ਮੈਂ ਕਦੇ ਨਹੀਂ ਕਰਦਾ, ਮੇਰਾ ਵੀਰ ਪਰਦੇਸ ਵਿੱਚ ਬੜੇ ਬੜੇ ਕੰਮ ਕਰਨੇ ਪੈਂਦੇ। ਕਰਦੇ ਹੋਣਗੇ, ਹੋਰ ਇੰਜ ਦੇ ਕੰਮ ਐ ਨਾ ਕਰੇ ਤੇ ਨਾ ਕਰਨੇ। ਹਾਏ ਓਏ ਰੱਬਾ, ਇਹਨਾਂ ਦਾ ਤਾਂ ਸਿਆਪਾ ਹੀ ਨਹੀਂ ਮੁੱਕਦਾ, ਸਾਰੀ ਦਿਹਾੜੀ ਸੌਂਕਣਾ ਵਾਂਗ ਹੀ ਲੜੀ ਜਾਂਦੇ ਆ। कर लो जो करना, आए तो तुसी लोट आना नहीं, हुण मैं थानू दसदी आ। चलो काम भी गया छूट। पक्का उस टीसी बाद ने कढ़ाया होना। चलो
ओ पाजी किधर इत्थे रहंदे तुसी? हाँ जी हाँ मैं इत्थे रहना, आ जाओ अंदर मैं बुआ खोलदा। और वीरे काम दी सुना? काम तो मैंने तो कढ़ता ही इन्होंने। काम तो कढ़ दिता सी तुहानू? मैनू तो उसे दिन कढ़ता ही जिस दिन आपां लड़दे। तो मैसे तो मनु भी आया सी, मनु भी मैनेजर दा आया सी, उन्हें भी मनु भी बार बार दिता सी। हाँ जी मैं तो सोचा तू कढ़ाया मैनू। ਨਹੀਂ ਮੈਂ ਕਿੱਥੋਂ ਕਢਾਇਆ, ਆਪੇ ਲੜਦੇ ਰਹਿੰਦੇ ਸੀ ਦੋਨੋਂ ਤੇ ਫਿਰ ਉਹਨੇ ਦੋਵਾਂ ਨੂੰ ਮੈਂ ਮੈਸੇਜ। ਮੈਨੂੰ ਤੇ ਇੰਝ ਲੱਗਦਾ ਸੀ ਕਿ ਤੂੰ ਸ਼ਰਾਰਤ ਕੀਤੀ ਕੋਈ। ਨਹੀਂ ਨਹੀਂ ਮੈਂ ਕੁਝ ਵੀ ਨਹੀਂ ਕੀਤਾ ਮੇਰਾ ਵੀਰ। ਮੈਨੂੰ ਇੰਝ ਲੱਗਦਾ ਕਿ ਉਹਨਾਂ ਨੇ ਆਪਣੀ ਦੋਨਾਂ ਨੇ ਸ਼ਰਾਰਤ ਤੱਕੀਆਂ ਤੇ ਦੋਨਾਂ ਨੂੰ ਫਾਰਗ ਕਰ। ਮੈਂ ਦਿਲ 'ਚ ਤੈਨੂੰ ਗਾਲਾਂ ਕੱਢਦਾ ਰਿਹਾ ਕਿ ਮੈਨੂੰ ਇੰਨੇ ਕੰਮ ਦੇ ਕਢਾਇਆ। ਚਲੋ ਕੋਈ ਦੋਨੋਂ ਫਾਰਗ ਹੋ ਗਏ। ਸਹੀ ਹੈ। ਹੋਰ ਤੁਸੀਂ ਦੱਸੋ ਕੀ ਕਾਰੋਬਾਰ ਤੁਹਾਡਾ ਉੱਥੇ ਪੰਜਾਬ 'ਚ? ਪੰਜਾਬ ਸਾਡਾ ਮਾਲ ਡੰਗਰ ਦਾ ਕੰਮ ਹੈ। ਤੁਸੀਂ? ਹਾਂ ਸਾਡੇ ਵੀ ਬਸ ਮਾਲ ਡੰਗਰ ਦਾ ਕੰਮ ਹੈ। ਠੀਕ। ਹੋਰ ਦੱਸੋ ਕਿੱਦਾਂ ਤੁਹਾਡਾ ਪੰਜਾਬ 'ਚ ਨਫ਼ਰਤ ਮੁੱਕੀ ਕੋਈ ਨਾ ਮੁੱਕੀ? ਮੇਰੇ ਤਾਂ ਮੁੱਕ ਗਈ, ਲੱਗਦਾ ਤੁਹਾਡੇ ਨਹੀਂ ਮੁੱਕੀ। ਨਹੀਂ ਮੇਰੇ ਵੀ ਮੁੱਕ ਗਈ, ਉਹੀ ਮੇਰਾ ਵੀਰ, ਉਹੀ ਚੀਜ਼ਾਂ ਨਹੀਂ, ਉਹੀ ਦੁੱਧ ਜਲੇਬੀਆਂ ਖੰਡ ਪਤਾਸੇ। ਲਕੀਰ ਤੇ ਨੀ ਮਿਟ ਸਕੀ, ਲੇਕਿਨ ਆਪੇ ਦੋਵਾਂ ਨੇ ਦਿਨਾਂ ਵਿੱਚ ਮਿਟ ਗਈ ਤੇ ਇਕੱਠੇ ਹੋ ਗਏ। ਤੁਹਾਨੂੰ ਜਿਵੇਂ ਕੋਈ ਸਤਲੁਜ ਦੇ ਵਗਦੇ ਪਾਣੀ ਨੂੰ ਰੋਕ ਨਹੀਂ ਨਾ ਸਕਦਾ ਜਿਨ੍ਹਾਂ ਝਨਾਬ 'ਤੇ ਜੇਲ੍ਹ ਨਾ ਮਿਲਣਾ, ਉਵੇਂ ਸਾਡੇ ਪੰਜਾਬੀਆਂ ਦੇ ਪਿਆਰ ਨੂੰ ਕੋਈ ਟੱਕ ਨਹੀਂ ਸਕਦਾ। ਲਹਿੰਦੇ ਤੇ ਚੜ੍ਹਦਾ ਕੋਈ। ਬਿਲਕੁਲ ਸਹੀ ਕਿਹਾ, ਜਦੋਂ ਐਡਾ ਵੱਡਾ ਲਾਂਘਾ ਖੋਲ੍ਹ ਦਿੱਤਾ ਤਾਂ ਤੁਹਾਡੇ ਦਿਲਾਂ ਦੀ ਲਕੀਰ ਮਿਟ ਗਈ। ਬਹੁਤ ਵਧੀਆ ਗੱਲ।